ਸਕੂਲ ਦਾ ਹਾਦਸਾ ਤਾਂ ਕੋਈ ਇੰਨਾ ਖਾਸ ਨਹੀਂ ਹੈਗਾ। ਸਾਈਡ ਆਪਣੇ ਗੱਡੀ ਜਾਂਦੀ ਸੀ, ਉੱਧਰੋਂ ਗੱਡੀ ਆਪਣਾ ਕਾਰ ਵਾਲਾ ਪੜੀ ਦੇ ਕੋਟਲੇ ਦਾ ਸੀਗਾ ਮੁੰਡਾ, ਉਹਨੇ ਗੱਡੀ ਮੂਹਰੇ ਨਵਾਬ ਜੱਸਾ ਸਿੰਘ ਦੀ ਜਾਂਦੀ ਸੀ, ਉਹਨੇ ਉਹਨੂੰ ਓਵਰਟੇਕ ਕਰਦਾ ਸੀਗਾ। ਮੂਹਰੋਂ ਸਾਡੀ ਗੱਡੀ ਆਉਂਦੀ ਸੀ ਸਕੂਲ ਦੀ, ਉਹ ਸਾਈਡ ਲੱਗੀ। ਉਹ ਕਸੂਰ ਆਪਣਾ ਵੈਨ ਵਾਲਾ ਮੰਨਦਾ ਵੀ ਮੇਰਾ ਕਸੂਰ ਹੈ, ਵੀ ਜੇ ਭਾਈ ਬੱਚਿਆਂ ਦਾ ਕੋਈ ਜਾਨੀ ਨੁਕਸਾਨ ਜਾਂ ਹੋਰ ਕੁਛ ਨਹੀਂ ਹੋਇਆ ਹੈਗਾ, ਵੀ ਆਪਣੇ ਉਹ ਇਹ ਵੀ ਮੰਨ ਗਿਆ ਵੀ ਜੇ ਕੋਈ ਆਪਣਾ ਇੰਸ਼ੋਰੈਂਸ, ਤੁਹਾਡੀ ਗੱਡੀ ਵੀ ਹੈ ਸਾਡੀ ਵੀ ਹੈ, ਜਿਹੜੀ ਤੁਹਾਡੀ ਇੰਸ਼ੋਰੈਂਸ ਤੋਂ ਇਲਾਵਾ ਪੈਸਾ ਹੋਊਗਾ ਮੈਂ ਤੁਹਾਨੂੰ ਦਊਂਗਾ। ਇਹ ਧੁੰਦ ਕਰਕੇ ਜੀ ਓਵਰਟੇਕ ਕਰਕੇ ਹੋ ਗਿਆ। ਮੈਂ ਤਾਂ ਰੋਜ਼ ਜਾਂਦਾ ਸੀ ਇੱਧਰ ਨੂੰ, ਵੀ ਜਿਹੜੀ ਹੋਣੀ ਹੁੰਦੀ ਹੈ। ਬੱਚੇ ਨੇ ਬੱਚੇ ਸਾਰੇ ਠੀਕ ਨੇ, ਕੋਈ ਦਿੱਕਤ ਨਹੀਂ ਹੈਗੀ। ਅਤੇ ਆਪਣੇ ਬੈਂਡ ਵੀ ਚੱਲਦੀ ਹੈ, ਕਾਰ ਵੀ ਚੱਲਦੀ ਸੀ, ਉਹ ਕਾਰ 'ਚ ਵੀ ਆਪਣੇ ਗਏ ਨੇ, ਬੈਂਡ ਵੀ ਬੱਚੇ ਲੈ ਕੇ ਆਈ ਆਪਣੇ, ਕੋਈ ਗੱਲ ਨਹੀਂ ਹੈਗੀ। ਕੰਨਾ ਪੋਲੀ ਸੀਨੀਅਰ ਸੈਕੰਡਰੀ ਸਕੂਲ ਹੈ, ਸਿਕਸਥ। ਅਤੇ ਕੀ ਹਾਦਸਾ ਹੋਇਆ? ਸਾਡਾ ਹਾਦਸਾ ਇਵੇਂ ਜਿਹਾ ਹੋਇਆ, ਅਸੀਂ ਸਾਡੀ ਵੈਨ ਆ ਰਹੀ ਸੀ ਉੱਧਰੋਂ, ਦੂਜੇ ਸਕੂਲ ਦੀ ਇੰਜਨ ਸਕੂਲ ਦੀ ਉੱਧਰੋਂ ਆ ਰਹੀ ਸੀ, ਜੋ ਗੱਡੀ ਵਾਲਾ ਸੀ। ਅਸੀਂ ਨਾ ਹੌਲੀ ਹੌਲੀ ਜਾ ਰਹੇ ਸੀ, ਅੰਕਲ ਦੀ ਸਪੀਡ 11-20 ਦੱਸਦੇ ਸੀ ਸਪੀਡ। ਤੁਹਾਡੀ ਵੈਨ ਦੀ? ਹਾਂਜੀ, ਇੰਜਨ ਦੀ ਵੀ ਹੌਲੀ ਹਲਕੀ ਸੀ। ਗੱਡੀ ਵਾਲਾ ਜੋ ਉੱਧਰੋਂ ਆਇਆ, ਉਹਨੇ ਸੋਚਿਆ ਵਿੱਚੋਂ ਕੱਢ ਲੈਂਦਾ, ਵੈਨ ਤੋਂ ਆ ਨਹੀਂ ਰਹੀ ਕੋਈ, ਉਹਨੇ ਮੈਂ ਕੱਢ ਲਈ। ਜੋ ਵੀ ਸਾਡੀ ਵੈਨ ਦੇਖਿਆ, ਹੁਣ ਵੈਨ ਆਈ, ਉਹ ਸਾਰੀ ਗੱਡੀ ਵੱਜ ਗਈ। ਉਹਦੀ ਅੱਖਾਂ ਮੈਂ ਦੇਖੀਆਂ, ਥੋੜ੍ਹੀ ਥੋੜ੍ਹੀ ਲਾਲ ਸੀ ਉਹਦੀ ਅੱਖਾਂ। ਹੁਣ ਦੱਸੋ ਕੀ ਕਰੀਏ, ਮੇਰੇ ਪੈਰ 'ਚ ਵੀ ਇੰਨੀ ਚੋਟ ਲੱਗੀ ਆ। ਬਾਕੀ ਬੱਚੇ ਕਿੰਨੇ ਸੀ? ਬੱਚੇ ਸਾਡੇ 42 ਬੱਚੇ ਸੀ ਵੈਨ 'ਚ। ਬਾਕੀ ਬੱਚੇ ਕਿਵੇਂ ਨੇ? ਬਾਕੀ ਇੱਕ ਮੁੰਡਾ ਸੀ, ਉਹਦੇ ਉਹਦੇ ਚੋਟ ਲੱਗੀ ਆ ਵਿਚਾਰੇ ਦਾ। ਸ਼ੁਕਰ ਆ ਜਾਕਟ ਪਾਇਆ ਹੋਇਆ ਸੀ, ਉਹਨੇ ਨਹੀਂ ਜਾਕਟ ਪਾਇਆ ਹੁੰਦਾ ਵਿਚਾਰੇ ਦਾ ਸਿਰ ਪਾਟ ਜਾਣਾ ਸੀ। ਸੱਟਾਂ ਕਿੰਨੇ ਬੱਚੇ ਨੇ ਲੱਗੀਆਂ? ਬਹੁਤ ਬੱਚਿਆਂ ਦੇ ਸੱਟਾਂ ਲੱਗੀਆਂ ਨੇ, ਬਾਕੀ ਤੋਂ ਅੱਧੇ ਤੋਂ ਘਰੇ ਚਲੇ ਗਏ। ਕਿੱਥੋਂ ਦੇ ਰਹਿਣ ਵਾਲੇ ਨੇ ਬੱਚੇ? ਸਾਰੇ ਖੰਨੇ ਦੇ? ਹਾਂਜੀ, ਸਾਰੇ ਖੰਨੇ ਦੇ ਨੇ। ਤਾਂ ਮੇਰੇ ਚੋਟ ਲੱਗੀ ਨਾ, ਇੰਨੀ ਖਤਰਨਾਕ ਚੋਟ ਲੱਗੀ, ਸਾਰਾ ਸਿਰ ਘੁੰਮ ਗਿਆ ਸੀ ਮੇਰਾ। ਧੁੰਦ ਕਰਕੇ ਹੀ ਹੋਇਆ, ਜਿਵੇਂ ਅਸੀਂ ਹੌਲੀ ਹੌਲੀ ਉਹਦੀ ਜੋ ਉਹਨੇ ਉਸਦੀ ਗੱਡੀ ਬਹੁਤ ਸਪੀਡ 'ਤੇ ਸੀ, ਉਹਦੀ ਗੱਡੀ 80-90 ਦੀ ਸਪੀਡ 'ਤੇ ਸੀ, ਉਹਨੇ ਵਿੱਚੋਂ ਕੱਢ ਲਈ। ਸਾਡਾ ਐਕਸੀਡੈਂਟ ਬਹੁਤ ਤਕੜਾ ਹੋਇਆ। ਹਾਂ, ਕਾਰ ਵਾਲੇ ਦਾ ਸਕੂਰ ਆ ਪੂਰਾ, ਉਹਦੀ ਗਲਤੀ ਆ ਸਾਰੀ। ਮੇਰਾ ਪੈਰ ਬਹੁਤ ਦੁਖਦਾ, ਮੈਂ ਦਵਾਈ ਆਂਟੀ ਨੇ ਸਾਡੇ ਪੇਰੈਂਟਸ ਨੇ ਉਹ ਕਹਿੰਦੇ ਸੀ ਉਰੇ ਆਇਓ, ਡਾਕਟਰ ਆਇਆ ਹੋਇਆ। ਮੈਂ ਕਿਹਾ ਚੱਲ ਠੀਕ ਹੈ, ਦਵਾਈ ਹੋਈ। ਘਰੇ ਚਲੇ ਗਏ? ਬਾਕੀ ਕੋਈ ਕੋਈ ਹੈ, ਇੱਕ ਮੁੰਡਾ ਉੱਥੇ ਬੈਠਾ ਹੁਣ। ਖੰਨਾ ਪੁਲਿਸ ਸੀਨੀਅਰ ਸੈਕੰਡਰੀ ਸਕੂਲ ਖੰਨਾ। ਕਿਹੜੀ ਕਲਾਸ 'ਚ? 6ਵੀਂ 'ਚ। ਕੀ ਹਾਦਸਾ ਕੀ ਹੋਇਆ ਸਵੇਰੇ? ਸਰ ਜੀ, ਉੱਧਰੋਂ ਜੀ ਵੈਨ ਆਉਂਦੀ ਸੀ, ਉਹ ਕਾਰ ਆਉਂਦੀ ਸੀ, ਸਾਡੀ ਵੈਨ ਆਉਂਦੀ ਸੀ ਹੌਲੀ ਹੌਲੀ, ਉਹ ਭਜਾ ਕੇ ਲੈ ਕੇ ਆਉਂਦਾ ਸੀ। ਉਹਦੇ ਬਹੁਤ ਤੇਜ਼ ਵੱਜੀ ਸੀ ਜੀ, ਉਹਦੇ ਵਿੱਚ ਵੜ ਗਿਆ ਜੀ, ਵੜ ਗਈ ਸੀ ਕਾਰ। ਕਿੰਨੇ ਕੁ ਬੱਚੇ ਸੀਗੇ? ਕਮ ਤੋਂ ਕਮ 40-50 ਬੱਚੇ ਸੀਗੇ। ਕਿੰਨੇ ਕੁ ਦੇ ਸੱਟਾਂ ਲੱਗੀਆਂ? 35 ਬੱਚਿਆਂ ਦੇ ਲੱਗੀ ਆ। ਤੁਹਾਡੇ ਲੱਗੀ ਸੱਟ? ਹਾਂਜੀ, ਸਾਡੇ ਜੀ ਹੱਥ 'ਤੇ ਲੱਗੀ ਹੈ ਜੀ, ਹੁਣ ਵੀ ਦਰਦ ਹੁੰਦਾ ਜੀ, ਅਤੇ ਸਿਰ 'ਤੇ ਸੀਸਾ ਵੱਜਿਆ ਜੀ।